ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਵਰਲਡ ਥੈਲਾਸੀਮੀਆ ਦਿਵਸ ਨੂੰ ਸਮਰਪਿਤ ਇੱਕ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦਾ ਆਯੋਜਨ ਆਗਾਜ਼ ਐਨਜੀਓ ਅਤੇ ਥੈਲਾਸੀਮੀਆ ਚਿਲਡਰਨ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਸੀ। ਇਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਵਿਧਾਇਕ ਰਮਨ ਅਰੋੜਾ ਵੀ ਪਹੁੰਚੇ। ਜ਼ਿਕਰਯੋਗ ਹੈ ਕਿ ਕੈਂਪ ਦੇ ਵਿੱਚ ਮਾਹਰ ਡਾਕਟਰਾਂ ਦੇ ਵੱਲੋਂ ਲੋਕਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਹਨਾਂ ਦੇ ਨਾਲ ਕਈ ਜਾਣਕਾਰੀਆਂ ਸਾਂਝੀਆਂ ਵੀ ਕੀਤੀਆਂ ਗਈਆਂ। ਦਰਅਸਲ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਕਿ ਜ਼ਰੂਰਤਮੰਦਾਂ ਨੂੰ ਇਸ ਦਾ ਫਾਇਦਾ ਪਹੁੰਚਾਇਆ ਗਿਆ। ਜੋ ਥੈਲਾਸੀਮਿਕ ਬੱਚਿਆਂ ਦੇ ਲਈ ਚੈੱਕਅਪ ਕੈਂਪ ਲਗਾਇਆ ਗਿਆ ਸੀ, ਉਹ ਚੈੱਕਅਪ ਕੈਂਪ ਸਿਵਲ ਹਸਪਤਾਲ ਬਲੱਡ ਬੈਂਕ ਦੇ ਵਿੱਚ ਚੱਲ ਰਿਹਾ, ਜਿੱਥੇ ਕਿ 50 ਤੋਂ ਵੱਧ ਬੱਚੇ ਅਤੇ ਉਹਨਾਂ ਦੇ ਪੇਰੈਂਟਸ ਆਏ ਨੇ। ਡਾਕਟਰ ਸ਼ਰੂਤੀ ਮੈਮ, ਜੋ ਕਿ DMC ਤੋਂ ਸਪੈਸ਼ਲ ਬੁਲਾਏ ਜਾਂਦੇ ਆ, ਹਰ 3 ਮਹੀਨੇ ਬਾਅਦ ਆਉਂਦੇ ਆ ਅਤੇ ਬੱਚਿਆਂ ਦਾ ਸਾਰਾ ਚੈੱਕਅਪ ਕਰਦੇ ਆ, ਜੋ ਦਵਾਈਆਂ ਚੇਂਜ ਕਰਦੇ ਆ ਜਾਂ ਹੋਰ ਵੀ ਕੋਈ ਉਹਨਾਂ ਨੂੰ ਪ੍ਰੋਬਲਮ ਵਧੀ ਹੈ ਜਾਂ ਘਟੀ ਹੈ, ਉਹ ਦਵਾਈਆਂ ਲਿਖ ਕੇ ਦਿੰਦੇ ਨੇ। ਅਤੇ ਉਹਨਾਂ ਬੱਚਿਆਂ ਦੇ ਲਈ ਆਗਾਜ਼ ਦੇ ਵੱਲੋਂ ਤੁਸੀਂ ਦੇਖਿਆ ਕਿ ਪੂਰੇ ਉਹਨਾਂ ਦਾ ਖਾਣ ਪੀਣ ਦਾ ਇੰਤਜ਼ਾਮ, ਰਿਫਰੈਸ਼ਮੈਂਟ ਉਹਨਾਂ ਦੇ ਪੇਰੈਂਟਸ ਦਾ ਸਾਰਿਆਂ ਨੂੰ ਨਾਲ ਦਿੱਤੀ ਜਾਂਦੀ ਹੈ। ਨਾਲ ਅੱਜ ਸਾਡੇ ਸੈਂਟਰ ਦੇ ਮੌਜੂਦਾ MLA ਸ਼੍ਰੀ ਰਮਨ ਅਰੋੜਾ ਜੀ, ਜੋ ਕਿ ਸਾਡੇ ਵੱਡੇ ਵੀਰ ਸਾਡੇ ਪਹੁੰਚੇ ਸੀ, ਆ ਕੇ ਉਹ ਵੀ ਹੁਣੇ ਹੀ ਜਸ ਇੱਥੋਂ ਗਏ ਨੇ, ਆ ਕੇ ਸਾਰੇ ਬੱਚਿਆਂ ਨੂੰ ਸ਼ੁਰੂਆਤ ਦੇ ਕੇ ਗਏ ਨੇ। ਅਤੇ ਹੁਣੇ ਥੋੜ੍ਹੀ ਦੇਰ ਤੱਕ ਸਰਦਾਰ ਪ੍ਰਕਾਸ਼ ਸਿੰਘ ਜੀ, ਲੋਕਲ ਬੋਡੀ ਮੰਤਰੀ ਵੀ ਸਾਡੇ ਕੋਲ ਪਹੁੰਚ ਰਹੇ ਨੇ। ਅਤੇ ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਇਹੀ ਕਰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਜਲਦੀ ਤੋਂ ਜਲਦੀ ਤੰਦਰੁਸਤ ਕਰੋ। ਜਿੰਨੇ ਸਾਡੇ ਭਰਾ ਜਿੰਨੇ ਵੀ NGO ਦੇ ਨੇ, ਹਰ 3 ਮਹੀਨੇ ਬਾਅਦ ਇਹਨਾਂ ਬੱਚਿਆਂ ਦੇ ਲਈ ਬਲੱਡ ਦਿੰਦੇ ਨੇ। ਇਹ ਉਹ ਬੱਚੇ ਜਿਨ੍ਹਾਂ ਨੂੰ ਹਰ 10 ਤੋਂ 15 ਦਿਨ ਬਾਅਦ ਬਲੱਡ ਚੜ੍ਹਦਾ ਹੈ। ਅਤੇ ਇਸ ਸਿਵਲ ਹਸਪਤਾਲ ਦੇ ਵਿੱਚ 100 ਤੋਂ ਵੱਧ ਬੱਚਾ ਹੈ, ਜਿਹੜਾ ਕਿ ਕਹਿ ਲਓ ਅਸੀਂ ਇੱਕ ਅਡੋਪਟ ਹੀ ਕੀਤਾ ਹੋਇਆ ਕਿ ਉਹਨਾਂ ਦੀ ਸੇਵਾ ਦੇ ਲਈ ਕਦੀ ਉਹਨਾਂ ਦਾ ਕੋਈ ਪੈਸਾ ਨਹੀਂ ਲੱਗਦਾ, ਬਲੱਡ ਵੀ ਉਹਨਾਂ ਨੂੰ ਦਿੱਤਾ ਜਾਂਦਾ, ਦਵਾਈਆਂ ਵਗੈਰਾ ਹਰ ਚੀਜ਼ ਦਾ ਜੋ ਅਸੀਂ ਮਤਲਬ ਸਿਸਟਮ ਹੁੰਦਾ ਉਹ ਸਾਰੇ ਅਸੀਂ NGO ਵੱਲੋਂ ਆਪਣੇ ਦਸਵੰਧ ਦੇ ਵਿੱਚੋਂ ਕਰਕੇ ਨਾਲ ਬਲੱਡ ਦੇ ਕੇ ਬੱਚਿਆਂ ਦੀ ਸੇਵਾ। ਵਰਲਡ ਥੈਲੀਸੀਮੀਆ ਡੇ ਨੂੰ ਸਮਰਪਿਤ ਆਗਾਜ਼ NGO ਵੱਲੋਂ ਜੋ ਥੈਲੀਸੀਮਿਕ ਬੱਚਿਆਂ ਵਾਸਤੇ ਚੈੱਕਅਪ ਕੈਂਪ ਜਿਹੜਾ ਸਿਵਲ ਹੋਸਪਿਟਲ ਬਲੱਡ ਬੈਂਕ ਦੇ ਵਿੱਚ ਰੱਖਿਆ ਗਿਆ ਸੀ ਔਰ ਉਹ ਚੱਲ ਰਿਹਾ ਹੈ, ਔਰ ਇਸ ਕੈਂਪ ਦੇ ਵਿੱਚ ਲਗਭਗ 50 ਬੱਚੇ ਅਤੇ ਉਹਨਾਂ ਦੇ ਪਰਿਵਾਰ ਜਿਹੜੇ ਆ ਇਸ ਕੈਂਪ ਦਾ ਲਾਹਾ ਲੈਣ ਆਏ ਆ। ਔਰ ਇਹ ਕੈਂਪ ਹੋਰ ਵੀ ਜ਼ਿਆਦਾ ਜਿਹੜਾ ਇੰਪੋਰਟੈਂਟ ਇਸ ਲਈ ਹੋ ਜਾਂਦਾ ਕਿ DMC ਹੋਸਪਿਟਲ ਤੋਂ ਸਾਡੇ ਡਾਕਟਰ ਸ਼ਰੂਤੀ ਕੱਕੜ ਜੀ ਉਚੇਚੇ ਤੌਰ 'ਤੇ ਇਹਨਾਂ ਬੱਚਿਆਂ ਦਾ ਚੈੱਕਅਪ ਕਰਨ ਆਏ ਆ, ਕਿਉਂਕਿ ਉਹ DMC ਹੋਸਪਿਟਲ ਦੇ ਇਸ ਡਿਪਾਰਟਮੈਂਟ ਦੇ HOD ਵੀ ਨੇ ਔਰ ਉਹ ਰੂਟੀਨ ਦੇ ਵਿੱਚ ਥੈਲੀਸੀਮੀਆ ਪੇਸ਼ੈਂਟ ਜਿਹੜੇ ਉਹਨਾਂ ਦਾ ਚੈੱਕਅਪ ਕਰਦੇ ਆ। ਔਰ ਉਹਨਾਂ ਨੇ ਅੱਜ ਇੱਥੇ ਆ ਕੇ ਜਿਹੜਾ ਆਪਣੀ ਸਪੀਚ ਦਿੱਤੀ ਹੈ ਔਰ ਜਿਹੜਾ ਉਹਨਾਂ ਨੇ ਪਰਿਵਾਰਾਂ ਨੂੰ ਐਡਰੈਸ ਕੀਤਾ, ਉਹਨਾਂ ਨੇ ਉਹਦੇ ਵਿੱਚ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਇੱਕ ਥੈਲੀਸੀਮੀਆ ਪੇਸ਼ੈਂਟ ਜਿਹੜਾ ਪਰਿਵਾਰ ਦੇ ਵਿੱਚ ਪੈਦਾ ਹੁੰਦਾ ਉਹਦਾ ਕਿਸ ਤਰ੍ਹਾਂ ਅਸੀਂ ਇਲਾਜ ਕਰਨਾ ਹੈ ਅਤੇ ਕਿਸ ਤਰ੍ਹਾਂ ਦੀ ਉਹਦੀ ਜੀਵਨ ਸ਼ੈਲੀ ਹੋਣੀ ਚਾਹੀਦੀ ਹੈ। ਔਰ ਇਸ ਚੀਜ਼ ਦਾ ਵੱਡਾ ਲਾਹਾ ਜਿਹੜਾ ਹੈ ਅਫੈਕਟਿਡ ਫੈਮਿਲੀਜ਼ ਜਿਹੜੀਆਂ ਆ ਉਹ ਲੈ ਰਹੇ ਆ। ਔਰ ਆਗਾਜ਼ NGO ਅਤੇ ਥੈਲੀਸੀਮੀਆ ਵੈਲਫੇਅਰ ਚਿਲਡਰਨ ਸੁਸਾਇਟੀ ਤੋਂ ਇੰਜੀਨੀਅਰ TS ਭਾਟੀਆ ਜੀ, ਜਿਨ੍ਹਾਂ ਦੀ ਛੱਤਰ ਛਾਇਆ ਦੇ ਹੇਠ ਇਹ ਸਾਰਾ ਚੱਲ ਰਿਹਾ ਹੈ, ਉਹਨਾਂ ਨੇ ਵੀ ਐਡਰੈਸ ਕੀਤਾ ਅਤੇ ਆਗਾਜ਼ NGO ਦਾ ਹੌਸਲਾ ਅਫਜ਼ਾਈ ਕਰਨ ਵਾਸਤੇ ਸ਼੍ਰੀ ਰਮਨ ਅਰੋੜਾ ਜੀ MLA ਸੈਂਟਰਲ ਕੌਂਸਟੀਚੁਐਂਸੀ ਉਹ ਵੀ ਹੁਣੇ ਇੱਥੇ ਹੋ ਕੇ ਗਏ ਆ। ਔਰ ਉਹਨਾਂ ਨੇ ਇੱਕ ਵੱਡਾ ਸੁਨੇਹਾ ਜਿਹੜਾ ਸਿਵਲ ਹੌਸਪਿਟਲ ਦੀ ਮੈਨੇਜਮੈਂਟ ਨੂੰ ਵੀ ਦਿੱਤਾ ਹੈ ਕਿ ਆਗਾਜ਼ NGO ਨੂੰ ਥੈਲੀਸੀਮਿਕ ਬੱਚਿਆਂ ਦੀ ਮਦਦ ਵਾਸਤੇ ਜਾਂ ਉਹਨਾਂ ਦੀ ਸੇਵਾ ਵਾਸਤੇ ਜੋ ਵੀ ਲੋੜੀਂਦੀਆਂ ਚੀਜ਼ਾਂ ਉਹ ਇੱਥੇ ਹਰ ਤਰ੍ਹਾਂ ਦੀਆਂ ਮੁਹੱਈਆ ਕਰਵਾਈਆਂ ਜਾਣ ਔਰ ਸਟਾਫ ਵੱਲੋਂ ਜਿਹੜਾ ਆ ਪੂਰਾ ਸਹਿਯੋਗ ਦਿੱਤਾ ਜਾਵੇ। ਅਸੀਂ ਬਹੁਤ ਧੰਨਵਾਦੀ ਹਾਂ ਡਾਕਟਰ ਗੀਤਾ ਜੀ ਦੇ, ਜਿਹੜੇ ਕਿ ਮੈਡੀਕਲ ਸੁਪਰਡੈਂਟ ਜਿਹੜੇ ਸਿਵਲ ਹੌਸਪਿਟਲ ਜਲੰਧਰ ਨੇ, ਡਾਕਟਰ ਨਵਨੀਤ ਜਿਹੜੇ ਪ੍ਰੈਜ਼ੀਡੈਂਟ ਨੇ ਜਿਹੜੇ ਚਿਲਡਰਨ ਵੈਲਫੇਅਰ ਸੁਸਾਇਟੀ ਥੈਲੀਸੀਮੀਆ ਚਿਲਡਰਨ ਵੈਲਫੇਅਰ ਸੁਸਾਇਟੀ ਦੇ ਔਰ ਹੋਰ ਵੀ ਜਿਹੜੇ ਸਾਰੇ ਮਾਹਰ ਔਰ ਡਾਕਟਰ ਇੱਥੇ ਆਏ ਆ ਉਹਨਾਂ ਸਾਰਿਆਂ ਦਾ ਅਸੀਂ ਆਗਾਜ਼ NGO ਵੱਲੋਂ ਜੀ ਆਇਆਂ ਕਰਦੇ ਹਾਂ ਅਤੇ ਬਹੁਤ ਬਹੁਤ ਧੰਨਵਾਦ ਕਰਦੇ ਇੱਕ ਵਾਰੀ ਫਿਰ MLA ਸਾਹਿਬ ਦਾ ਵੀ। ਔਰ ਹੁਣੇ ਮੈਸੇਜ ਆਇਆ ਕਿ ਸਾਡੇ ਬਹੁਤ ਸਤਿਕਾਰਯੋਗ ਬਲਕਾਰ ਸਿੰਘ ਜੀ MLA ਲੋਕਲ ਬੋਡੀ ਮਿਨਿਸਟਰ ਕੈਬਨਿਟ ਮਿਨਿਸਟਰ ਉਹ ਵੀ ਇੱਥੇ ਪਹੁੰਚ ਰਹੇ ਨੇ। ਸੋ ਇਸ ਵੀਡੀਓ ਤੋਂ ਮਾਧਿਅਮ ਤੋਂ ਅਸੀਂ ਸਾਰੇ ਜਲੰਧਰ ਦੀ ਸੰਗਤ ਨੂੰ ਸੁਨੇਹਾ ਦਿੰਦੇ ਹਾਂ ਕਿ ਥੈਲੀਸੀਮਿਕ ਬੱਚਿਆਂ ਦੀ ਮਦਦ ਵਾਸਤੇ ਅੱਗੇ ਆਈਏ ਅਤੇ ਉਹਨਾਂ ਨੂੰ ਹਰ 15 ਦਿਨ ਬਾਅਦ ਖੂਨਦਾਨ ਦੀ ਲੋੜ ਹੁੰਦੀ ਹੈ ਉਹਨਾਂ ਵਾਸਤੇ ਖੂਨਦਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।